ਆਪ ਸਰਕਾਰ ਆਪਕੇ ਦੁਆਰ, ਮਤਲਬ ਕਿ ਪੰਜਾਬ ਸਰਕਾਰ ਆਪਕੇ ਦੁਆਰ, ਤੁਹਾਡੇ ਹਰੇਕ ਤਰ੍ਹਾਂ ਦੇ ਕੰਮ ਹੁਣ ਘਰ ਬੈਠੇ ਹੀ ਹੋਣਗੇ। ਇਸਦਾ ਐਲਾਨ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ। ਇਸ ਸਬੰਧੀ 6 ਫਰਵਰੀ ਤੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਰੋਪੜ ਦੇ ਕਸਬਾ ਮੋਰਿੰਡਾ ਵਿਖੇ ਤਹਿਸੀਲਦਾਰ ਵੱਲੋਂ, ਪੁਨੀਤ ਗੋਇਲ ਵੱਲੋਂ ਸਰਕਾਰੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ DSC ਮਨਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ। ਉਹਨਾਂ ਵੱਲੋਂ ਇਸ ਮੁਹਿੰਮ ਨੂੰ ਸਿਰੇ ਚੜਾਉਣ ਦੇ ਲਈ ਹਰ ਪਹਿਲੂ ਤੋਂ ਵਿਚਾਰ ਵਟਾਂਦਰਾ ਕੀਤਾ ਗਿਆ। ਅਸੀਂ ਦਿਖਾਉਂਦੇ ਹਾਂ ਕਿ ਕੁਝ ਹੋਇਆ ਮੀਟਿੰਗ ਦੇ ਵਿੱਚ, ਤਾਂ ਜੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ, ਘਰ ਬੈਠੇ ਹੁੰਦੇ ਹਰ ਕੰਮ ਹੋਣ। ਮੁਹਿੰਮ ਦਾ ਨਾਮ ਰੱਖਿਆ ਗਿਆ ਆਪ ਸਰਕਾਰ ਆਪਕੇ ਦੁਆਰ। ਇਹ ਜਿਵੇਂ ਕਿ CM ਸਾਹਿਬ ਦੀ ਹਦਾਇਤ ਹੈ, ਪੰਜਾਬ ਸਰਕਾਰ ਦੀ ਜੋ ਵੀ ਸਕੀਮ ਆਈ ਹੈ ਸਰਕਾਰ ਆਪਕੇ ਦੁਆਰ 'ਚ, ਇਹਦੇ 'ਚ ਅਸੀਂ 6 ਤਰੀਕ ਤੋਂ ਲੈ ਕੇ 1 ਮਹੀਨੇ 'ਚ ਸਾਰੇ ਸਬ ਡਿਵੀਜ਼ਨ ਮੋਰਿੰਡਾ ਦੇ ਪਿੰਡ ਕਵਰ ਕਰ ਰਹੇ ਹਾਂ। ਉਹਦੇ 'ਚ ਕੀ ਅਸੀਂ ਸ਼ਡਿਊਲ ਬਣਾਇਆ ਹੋਇਆ ਵੀ 1 ਦਿਨ 'ਚ ਅਸੀਂ 3 ਪਿੰਡ ਅਤੇ ਸ਼ਹਿਰ ਦੇ 2 ਜਾਂ 3 ਵਾਰਡ ਸਬ ਡਿਵੀਜ਼ਨ ਮੋਰਿੰਡਾ ਦੇ ਅਸੀਂ ਕਵਰ ਕਰ ਰਹੇ ਹਾਂ। ਉਹਦੇ 'ਚ ਕੀ ਅਸੀਂ ਸ਼ਡਿਊਲ ਰੱਖਿਆ ਹੋਇਆ 9:30 ਤੋਂ 12:30 ਸਵੇਰੇ ਅਤੇ 1:30 ਤੋਂ 4:30। ਇਹਦੇ 'ਚ ਅਸੀਂ ਸਾਰੇ ਸੰਬੰਧਿਤ ਮਹਿਕਮੇ ਜੋ ਸਬ ਡਿਵੀਜ਼ਨ ਮੋਰਿੰਡਾ ਨਾਲ ਹੈ ਉਹਦੇ 'ਚ ਅਸੀਂ ਸਭ ਦੀ ਮੀਟਿੰਗ ਲੈ ਰਹੇ ਹਾਂ। ਉਹਦੇ 'ਚ ਪਬਲਿਕ ਨੂੰ ਐਡਵਾਂਸ ਅਸੀਂ ਪੰਫਲੇਟ ਵੰਡ ਕੇ ਅਤੇ ਗੁਰਦੁਆਰਾ ਸਾਹਿਬਾਨਾਂ 'ਚ ਅਸੀਂ ਮੁਸਲਿਮ ਨਦੀ ਕਰਾ ਕੇ ਉਹਨਾਂ ਨੂੰ ਜਾਣੂ ਕਰਾ ਰਹੇ ਹਾਂ ਕਿ ਕਿਹੜੇ ਤਰੀਕ ਨੂੰ ਕਿਹੜੇ ਪਿੰਡ ਵਿੱਚ ਕੀ ਕੈਂਪ ਲੱਗਣਾ, ਤਾਂ ਕਿ ਪਬਲਿਕ ਇਸ ਲਈ ਅਵੇਅਰ ਹੋ ਜੇ। ਕਿਸੇ ਦਾ ਕੋਈ ਬਜ਼ੁਰਗ ਹੈ, ਕੋਈ ਨਹੀਂ ਆ ਸਕਦਾ ਜਾਂ ਕਿਸੇ ਨੂੰ ਨਹੀਂ ਇਨਸਾਫ਼ ਮਿਲਿਆ ਕਿਸੇ ਵੀ ਮਹਿਕਮੇ ਵੱਲੋਂ, ਤਾਂ ਉਸ ਕੈਂਪ ਵਿੱਚ ਉਹ ਆਪਣੀ ਅਰਜ਼ੀ ਦੇ ਸਕਦਾ। ਇਹ ਸੁਵਿਧਾਵਾਂ ਜਿਹੜੀਆਂ ਹੈਗੀਆਂ 44 ਤਰ੍ਹਾਂ ਦੀਆਂ ਸੁਵਿਧਾਵਾਂ ਅਸੀਂ ਉੱਥੇ ਦੇਵਾਂਗੇ। ਆਹ ਉਹਦਾ ਪੈਂਫਲੇਟ ਆਇਆ ਸਾਡੇ ਕੋਲ। ਇਸ ਤੋਂ ਇਲਾਵਾ ਵੀ ਜੇ ਕਿਸੇ ਨੂੰ ਕਿਸੇ ਵੀ ਡਿਪਾਰਟਮੈਂਟ ਦੀ ਕੋਈ ਵੀ ਸ਼ਿਕਾਇਤ ਹੈ, ਗਰੱਜ ਹੈ, ਕੋਈ ਕੰਮ ਹੈ, ਉਹ ਅਸੀਂ ਮੌਕੇ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਉਹਦਾ ਕੋਈ ਟਾਈਮ ਫਰੇਮ ਹੋਊਗਾ ਟਾਈਮ ਫਰੇਮ 'ਚ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਪਬਲਿਕ ਨੂੰ ਇਸ ਦਾ ਪੂਰਾ ਲਾਭ ਪਹੁੰਚਾਉਣ ਦੀ ਕੋਸ਼ਿਸ਼। ਜਿਸ ਤਰ੍ਹਾਂ ਕਿਸੇ ਦਾ ਜਨਮ ਸਰਟੀਫਿਕੇਟ ਹੈ, ਆਮਦਨ ਸਰਟੀਫਿਕੇਟ ਹੈ, ਬੁਢਾਪਾ ਪੈਨਸ਼ਨ ਦੀ ਸਕੀਮ ਹੈ, ਕੋਈ ਮਾਲ ਭਾਗ ਦੇ ਇੰਤਕਾਲ ਨਹੀਂ ਹੋ ਰਿਹਾ, ਕਿਸੇ ਦੀ ਕੋਈ ਰਿਸ਼ਤੀ ਪਈ ਹੈ, ਕਿਸੇ ਕਬਜ਼ੇ ਦੀ ਪ੍ਰੋਬਲਮ ਹੈ, ਕੋਈ ਨਿਸ਼ਾਨਦੇਹੀ ਹੈ, ਕੋਈ ਪੇਂਡੂ ਇਲਾਕਾ ਸਰਟੀਫਿਕੇਟ ਚਾਹੀਦਾ, ਕੋਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ। DSP ਸਾਹਿਬ ਸਾਡੇ ਨਾਲ ਨੇ, DSP ਸਾਹਿਬ ਤਾਂ ਅਸੀਂ ਪਹਿਲਾਂ ਵੀ ਕੰਮ ਕੀਤਾ, ਮਤਲਬ ਬੜੇ ਹੀ ਕੋਆਪਰੇਟਿਵ ਨੇ, ਅਤੇ ਇਹਨਾਂ ਦੇ ਸਾਰੇ SHO ਸਾਹਿਬਾਨ ਬੈਠੇ ਹੈ, SMO ਸਾਹਿਬ ਬੈਠੇ ਹੈ, CDPO ਸਾਹਿਬਾਨ ਨੇ, ਪੰਚਾਇਤ ਸੈਕਟਰੀ ਸਾਹਿਬਾਨ ਨੇ। ਇਹਨਾਂ ਨਾਲ ਸੰਬੰਧਿਤ ਕੋਈ ਵੀ ਕਿਸੇ ਨੂੰ ਫਰਦ ਨਹੀਂ ਮਿਲ ਰਹੀ, ਕੋਈ ਫਰਦ 'ਚ ਪ੍ਰੋਬਲਮ ਆ ਰਹੀ ਹੈ, ਕਿਸੇ ਦਾ ਨਾਮ ਗਲਤ ਹੈ, ਕੋਈ ਮੈਰਿਜ ਸਰਟੀਫਿਕੇਟ ਹੈ, ਕੋਈ ਮੋਰਗੇਜ ਐਂਟਰੀ ਹੈ, ਪਛੜੀ ਜਾਤੀ ਸਰਟੀਫਿਕੇਟ ਹੈ, ਕਿਸੇ ਵੀ ਕਿਸਮ ਦੀ ਕੋਈ ਵੀ ਕਿਸੇ ਵੀ ਸਿਟੀਜਨ ਦਾ ਕੋਈ ਵੀ ਕੰਮ ਹੈ, ਚਾਹੇ ਉਹ ਕਿਸੇ ਮਹਿਕਮੇ ਨੇ ਨਾ ਵੀ ਸੰਬੰਧਿਤ ਹੋਇਆ ਸੀ, ਉਹ ਵੀ ਹੱਲ ਕਰਨ ਦੀ ਕੋਸ਼ਿਸ਼। ਹਾਂਜੀ ਹਾਂਜੀ, ਅਸੀਂ ਸ਼ਡਿਊਲ ਜਾਰੀ ਕੀਤਾ, ਆਹ ਸਾਡਾ ਸ਼ਡਿਊਲ ਹੈ। 6 ਤਰੀਕ ਤੋਂ ਲੈ ਕੇ ਅਸੀਂ ਸਾਰੇ ਪਿੰਡ ਕਵਰ ਕਰ ਰਹੇ ਹਾਂ, ਸਾਰੇ ਵਾਰਡ ਕਵਰ ਕਰ ਰਹੇ ਹਾਂ। ਉਸ 'ਚ ਇਕੱਲੇ ਇਕੱਲੇ ਬੰਦੇ ਦੀ ਡਿਊਟੀ ਲਾਈ ਹੈ। ਪਹਿਲਾ ਜਿਹੜਾ ਜਿਸ ਤਰ੍ਹਾਂ ਹੁਣ ਤੁਸੀਂ ਬਹਿਡਾਲੀ ਪਿੰਡ ਹੈ, ਉਸ 'ਚ ਮੈਂ ਖੁਦ ਦੇਖ ਰਿਹਾ ਬਤੌਰ ਤਹਿਸੀਲਦਾਰ ਮੋਰਿੰਡਾ, ਟੋਲਰ ਮਾਜਰਾ BDPO ਸਾਹਿਬ ਦੇਖ ਰਹੇ ਨੇ, ਦੁਮਣਾ ਨੈਬ ਤਹਿਸੀਲਦਾਰ ਸਾਡੇ ਬੈਠੇ ਨੇ ਇਹ ਦੇਖ ਰਹੇ ਨੇ, ਚੌਥਾ ਜਿਹੜਾ ਵਾਰਡ ਨੇ ਉਹ EO ਸਾਹਿਬ ਦੇਖਣਗੇ, ਉਹ ਸਾਰਾ ਮੋਨੀਟਰ ਆਪ ਕਰਨਗੇ, ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਮੈਂ ਜਗਵੰਤ TV ਲਈ ਹਰੀਸ਼ ਬਟਲਾ ਮੋਰਿੰਡਾ।
ਹੈ।